ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਸੰਗੀਤਕਾਰ ਕੇਸਰ ਸਿੰਘ ਨਰੂਲਾ ਜੀ ਦੀ ਜਿਨ੍ਹਾਂ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਦੇ ਨਾਲ ਕੰਮ ਕੀਤਾ ਮਹਾਨ ਸੰਗੀਤਕਾਰ ਕੇਸਰ ਸਿੰਘ ਨਰੂਲਾ ਜੀ ਨੂੰ ਸਾਡੇ ਤੋਂ ਰੁਕਸਤ ਹੋਇਆ ਅੱਜ 2 ਸਾਲ ਹੋ ਗਏ ਹਨ ਪਰ ਹਾਲੇ ਵੀ ਉਹਨਾਂ ਦਾ ਸੰਗੀਤ ਪੰਜਾਬ ਦੀਆਂ ਫਿਜਾਵਾਂ ਜਰਾਸ ਖੋਲ ਰਿਹਾ ਹੈ ਸੰਗੀਤ ਨਿਰਦੇਸ਼ਨ ਚਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਨਰੂਲਾ ਜੀ ਪਈ ਗੋਪਾਲ ਸਿੰਘ ਰਾਗੀ ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸ਼ੌਭਤ ਚ ਰਏ ਸਨ ਸਨ 1956 ਵਿੱਚ HMV ਕੰਪਨੀ ਨੇ ਕੇਸਰ ਸਿੰਘ ਨਰੂਲਾ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ਤੇ ਤਾਇਨਾਤ ਕਰ ਦਿੱਤਾ ਸੀ ਕੇਸਰ ਸਿੰਘ ਨਰੂਲਾ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ ਇਸ ਲੰਮੇ ਅਰਸੇ ਵਿੱਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਇਨ੍ਹਾਂ ਵਿੱਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋੜੀ ਨਰੂਲਾ, ਜਮਲਾ ਜੱਟ, ਸ਼ਾਦੀ ਬਖਸ਼ੀਪਰਾ, ਹਰਚਰਨ ਗਰੇਵਾਲ, ਨਰਿੰਦਰ ਵੀਬਾ, ਸਵਨਲਤਾ, ਚਾਂਦੀਰਾਮ, ਕਰਮਜੀਤ ਸਿੰਘ ਧੂਰੀ, ਮੁਹੰਮਦ ਸਦੀਕ ਰਣਜੀਤ ਕੌਰ, ਜਗਮਉਂਦ ਕੌਰ, ਦਿਦਾਰ ਸੰਧੂ, ਗੁਲਦੀਪ ਮਾਨਕ ਤੋਂ ਇਲਾਵਾ ਅਣਗਿਣਤ ਕਲਾਕਾਰਾਂ ਦੇ ਨਾਮ ਸ਼ਾਮਿਲ ਹਨ। ਉੱਥੇ ਹੀ ਵੱਡੀ ਤੀਜ ਜਸਪਿੰਦਰ ਨਰੂਲਾ ਸੰਗੀਤ ਜਗਤ ਵਿੱਚ ਕਿਸੇ ਜਾਣ ਪਛਾਣ ਦੀ ਮਥਾਜ ਨਹੀਂ ਛੋਟੀ ਸੀ ਪਰਮਿੰਦਰ ਨਰੂਲਾ ਕਲਾਸੀਕਲ ਨਾਚਾ ਦੀ ਮਾਹਿਰ ਹੈ ਵਿਚਕਾਰਲਾ ਪੁੱਤਰ ਮਿੱਕੀ ਸਿੰਘ ਨਰੂਲਾ ਆਪਣੇ ਪਿਤਾ ਵਾਂਗ ਹੀ ਸੰਗੀਤਕਾਰ ਹੈ ਉਹ ਫਿਲਮੀ ਅਤੇ ਗੈਰ ਫਿਲਮੀ ਸੰਗੀਤ ਦੇ ਰਿਹਾ ਹੈ ਜਸਪਿੰਦਰ ਪਰਮਿੰਦਰ ਤੇ ਮਿੱਕੀ ਮੁੰਬਈ ਰਹਿ ਰਹੇ ਹਨ ਤੇ ਆਪੋ ਆਪਣੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ